ਦੱਸੋ ਇਹ ਕੁੜੀਆਂ ਨੇ ਤੁਹਾਨੂੰ ਸਹੀ ਫੈਂਟੀ ਨਹੀਂ ਲਾਈ। ਹੋਰ ਕਿੰਨੀ ਕੁ ਫੈਂਟੀ ਲਾਉਣੀ ਸੀ? ਇਹ ਹਕੀਮ ਦੀਨ ਦੁਖੀਆ ਕੌਣ ਹੈ? ਇਹ ਜਨਾਬ ਮੇਰਾ ਨਾਂ ਹੈ ਜੀ। ਤੇਰਾ ਇੱਕ ਦਾਦਾ ਹੁੰਦਾ ਸੀ ਤੇ ਤੁਹਾਡੇ ਚਾਰ ਚਾਰ ਹੁੰਦੇ ਸੀ? ਉਹ ਮਰ ਗਿਆ। ਉਹ ਮੈਨੂੰ ਪਤਾ। ਉਸ ਤੋਂ ਬਾਅਦ ਅਸੀਂ ਤੇਰੇ ਪਿਓ ਦੇ ਮਗਰ ਹੋ ਗਏ। ਪਿਛਲੇ ਸਾਲ ਮੇਰਾ ਪਿਓ ਵੀ ਮਰ ਗਿਆ। ਮੁਬਾਰਕ ਹੋਵੇ। ਕਿਉਂ ਆਕੜਾ ਲੱਗਾ? ਉਹ ਬੇਵਕੂਫਾ, 2 ਕਰੋੜ ਦੀ ਜਾਇਦਾਦ ਤੇਰਾ ਦਾਦਾ ਤੇਰੇ ਪਿਓ ਦੇ ਮਰਨ ਤੋਂ ਬਾਅਦ ਤੇਰੇ ਨਾਮੇ ਲਾ ਗਈ। ਅੱਛਾ ਜੀ। ਹਾਂ ਜੀ। ਤੇ ਕਿੱਥੇ ਜਾਇਦਾਦ? ਉਹ ਵਕੀਲ ਨਹੀਂ ਆਪਣਾ ਜਾਦੀ ਖਾਂ? ਹਾਂਜੀ ਹਾਂਜੀ। ਚੈਂਬਰਲੈਂਡ ਰੋਡ ਤੇ। ਜੀ ਜੀ ਜੀ। ਉੱਥੇ ਤੂੰ ਕੱਲ ਪਹੁੰਚ ਜਾਣਾ 2 ਵਜੇ। ਅਸੀਂ ਤੈਨੂੰ ਕਚਹਿਰੀ ਲੈ ਲਾਂਗੇ, ਜਾਇਦਾਦ ਤੇਰੇ ਨਾਮੇ ਲੱਗ ਜਾਏ। ਕਿੱਥੇ ਭਲਾ? ਚੈਂਬਰਲੈਂਡ ਰੋਡ ਤੇ। ਆਹੋ ਯਾਦ ਹੀ ਨਾ? ਹਾਂ ਹਾਂ, ਚੈਂਬਰ ਰੋਡ। ਹਾਂ ਕਿੱਥੇ ਆ? ਓਏ ਹਾਲ ਰੋਡ ਦੇ ਕੋਲ ਵਿੱਚੋਂ ਨਹੀਂ ਨਿਕਲ ਕੇ। ਅੱਛਾ ਅੱਛਾ। ਤੇ ਬੜੀ ਖੁਸ਼ੀ ਹੋਈ ਤੁਸੀਂ ਖੁਸ਼ੀ ਦੀ ਖਬਰ ਲਿਆਏ ਹੋ। ਹਾਂ, ਮੈਂ ਇਹ ਦੱਸੋ ਕਿ ਮੇਰੇ ਦਾਦਾ ਜੀ ਕਿਸ ਤਰ੍ਹਾਂ ਮਰੇ ਸਨ? ਇਹ ਗੰਦੀ ਗੱਲ ਹੈ, ਦਫਾ ਕਰ। ਇਹ ਕੁਛ ਸੁਣਨ ਵਾਲੀ ਗੱਲ ਨਹੀਂ। ਚਲੋ ਕੋਈ ਨਹੀਂ, ਤੁਸੀਂ ਕਿਹੜਾ ਚੰਗੇ ਬੰਦੇ ਹੋ, ਸੁਣਾ ਦਿਓ। ਬਸ ਉਹ ਤੇਰਾ ਦਾਦਾ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ। ਅੱਛਾ। ਖੂਹ 'ਚ ਖਲੋਤਾ ਸੀ। ਅੱਛਾ। ਪਿੱਛੋਂ ਇੱਕ ਬੰਦਾ ਆ ਗਿਆ, ਜਿਹੜਾ ਗਾਂਹ ਹੋਣਾ, ਉਹ ਗਾਂਹ ਹੋ ਗਿਆ। ਉਹ ਗਾਂਹ ਹੀ ਹੋ ਗਿਆ। ਇਹਦਾ ਮਤਲਬ ਮੇਰੇ ਦਾਦਾ ਜੀ ਇਨਸਾਨੀਅਤ ਦੀ ਮੌਤ ਮਰੇ। ਹਾਂ, ਇਨਸਾਨੀਅਤ ਦੀ ਮੌਤ। ਮਾਸ਼ਾਅੱਲਾ। ਹੋਰ ਜੀ, ਕੁਛ ਖਾਣਾ ਪੀਣਾ? ਬਸ ਤੂੰ ਆਪ ਖਾ, ਤੇਰੀ ਆਪਣੀ ਸਿਹਤ ਨਹੀਂ ਠੀਕ। ਮੈਂ ਕਹਿੰਦਾ ਜੀ ਖਾ ਲਓ, ਅਸੀਂ ਵੀ ਕੁਛ ਨਹੀਂ ਪਕਾਇਆ। ਬਸ ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਛੋਟਾ ਸ਼ੀਸ਼ਾ ਵਿਖਾਓ ਤੇ ਅੱਗੋਂ ਲੜ ਪੈਂਦੇ ਨੇ? ਇਹ ਕੌਣ ਸਾਹਿਬ ਨੇ ਜਿਨ੍ਹਾਂ ਕੋਲੋਂ ਕੰਘੀਆਂ ਵੇਚਣ ਵਾਲਾ ਲੰਘੇ ਤੇ ਉਹਨੂੰ ਮਾਰਨ ਲੱਗ ਪੈਂਦੇ ਨੇ? ਇਹ ਕੌਣ ਸਾਹਿਬ ਨੇ ਜਿਹੜੇ ਸੁੱਕੀ ਨਹਿਰ 'ਚ ਧੁਆਣਾ ਸੁੱਟ ਕੇ ਨਹਾਉਣ ਡਏ ਹੁੰਦੇ ਨੇ? ਇਹ ਕੌਣ ਸਾਹਿਬ ਨੇ ਜਿਹੜੇ ਹਜਾਮਤ ਕਰਾਉਣ ਜਾਣ ਤੇ ਨਾਈ ਕਹਿੰਦਾ ਭਾਈ ਜੀ ਮੈਂ ਪਾਣੀ ਵੀ ਲਾਉਣਾ ਵਿੱਚ, ਕੋਈ ਪੈਂਚਰ ਤੇ ਨਹੀਂ ਇਹਦਾ? ਇਹ ਕੌਣ ਸਾਹਿਬ ਨੇ ਜਿਹੜੇ ਐਨਕ ਲਵਾਉਣ ਗਿਆ ਤੇ ਉਹਨਾਂ ਗੱਡੀ ਦੀਆਂ ਲਾਈਟਾਂ ਲਾ ਦਿੱਤੀਆਂ? ਇਹ ਕੌਣ ਸਾਹਿਬ ਨੇ ਜਿਹੜੇ ਸੂਟ ਅੱਬੇ ਦਾ ਤੇ ਬਾਸਕਟ ਬੇਬੇ ਦੀ ਪਾ ਕੇ ਫਿਰਦੇ? ਇਹ ਕੌਣ ਸਾਹਿਬ ਨੇ ਜਿਹੜੇ ਸ਼ੇਵ ਕਰਾਉਣ ਗਿਆ ਤੇ ਨਾਈ ਹੱਥ ਜੋੜ ਕੇ ਖਲੋ ਗਿਆ, ਉਹ ਮੈਂ ਤੇਰੀ ਸ਼ੇਵ ਹੀ ਕਰਦਾ ਰਵਾਂ, ਬੱਚਿਆਂ ਦੀ ਰੋਟੀ ਨਾ ਕਮਾਵਾਂ? ਇਹ ਕੌਣ ਸਾਹਿਬ ਨੇ ਜਿਹੜੇ ਹਜਾਮਤ ਕਰਾਉਣ ਗਏ ਤੇ ਨਾਈ ਨੇ ਛਿੱਤਰ ਲਾ ਲਿਆ, ਤਰਖਾਣਾ ਵਾਲਾ ਕੰਮ ਮੇਰੇ ਕੋ ਕਰਾਉਣਾ? ਇਹ ਕੌਣ ਸਾਹਿਬ ਨੇ ਜਿਹੜੇ ਸ਼ੈਤਾਨ ਦੀ ਫੋਟੋ ਵੇਖ ਕੇ ਗਾਉਣ ਲੱਗ ਪੈਂਦੇ ਨੇ, ਐ ਖੁਦਾ ਮੇਰੇ ਅੱਬੂ ਸਾਲਾ? ਇਹ ਕੌਣ ਸਾਹਿਬ ਨੇ ਜਿਹੜੇ ਆਪਣੀ ਫੋਟੋ ਵੇਖ ਕੇ ਕਹਿੰਦੇ ਨੇ ਐ ਬੰਦਾ ਲੱਭ ਜਾਏ ਤੇ ਪੁਲਿਸ ਕੋਲੋਂ 10 ਲੱਖ ਲੱਭ ਸਕਦੇ? ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਖੀਰੇ ਦੀ ਚੱਕ ਕੱਢ ਕੇ ਦਿਓ ਤੇ ਲੜ ਪੈਂਦੇ ਨੇ ਕਿ ਮਲਾਈ ਤੇ ਤੂੰ ਰੱਖ ਲਈ ਹੈ? ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਕੇਲਾ ਛਿੱਲ ਕੇ ਦਿਓ ਤੇ ਲੜ ਪੈਂਦੇ ਨੇ ਮੈਂ ਪਾਟਾ ਕੇਲਾ ਨਹੀਂ ਖਾਣਾ? ਇਹ ਕੌਣ ਸਾਹਿਬ ਨੇ ਜਿਹੜੇ ਬੁੱਢੀ ਕੋਲੋਂ ਛਿੱਤਰ ਖਾ ਕੇ ਬਾਹਰ ਆ ਕੇ ਕਹਿਣ ਦੇ ਹੁੰਦੇ ਨੇ ਜੋ ਕਿਰਾਇਆ ਅਮਰੀਕਾ ਨੇ ਕਰਾਇਆ ਜੋ ਕਿਰਾਇਆ? ਇਹ ਕੌਣ ਸਾਹਿਬ ਨੇ ਜਿਹੜੇ ਖੁਸਰੇ ਨੂੰ ਨੱਚਦਿਆਂ ਵੇਖ ਕੇ ਕਹਿੰਦੇ ਨੇ ਹੁਣ ਮੈਂ ਨੇਕ ਹੋ ਗਿਆ, ਨਹੀਂ ਤੇ ਤੇਰੇ ਨਾਲ ਚੰਗਾ ਤੇ ਮੈਂ ਆਪ ਨੱਚ ਲੈਂਦਾ? ਇਹ ਕੌਣ ਸਾਹਿਬ ਨੇ ਖੁਸਰੇ ਨੱਚਦੇ ਹੋਣ, ਇਹ ਵੇਲ ਦੇਣ ਤੇ ਖੁਸਰਾ ਆਪ ਨਹੀਂ ਆਉਂਦਾ, ਢੋਲਕੀ ਵਾਲੇ ਨੂੰ ਕਹਿੰਦਾ ਜਾ ਵੇਲ ਕੋ ਪੈਸੇ ਫੜ ਕੇ? ਇਹ ਕੌਣ ਸਾਹਿਬ ਨੇ ਜਿਨ੍ਹਾਂ ਦੇ ਮੂੰਹ 'ਚ ਗੰਨਾ ਦਿਓ ਤੇ ਨੱਕ 'ਚੋਂ ਛਿੱਲਣਾ ਤੇ ਕੰਨਾਂ 'ਚੋਂ ਰੋ ਨਿਕਲਣ ਲੱਗ ਪੈਂਦੀ? ਇਹ ਕੌਣ ਸਾਹਿਬ ਨੇ ਜਿਨ੍ਹਾਂ ਦੇ ਵਿਆਹ ਤੇ ਔਰਤਾਂ ਗੱਲਾਂ ਕਰੰਡੀਆਂ ਸਨ, ਨਹੀਂ ਭੈਣਾ ਲਾੜੇ ਦਾ ਪੂਰਾ ਮੂੰਹ ਵੇਖਿਆ? ਇਹ ਕੌਣ ਸਾਹਿਬ ਨੇ ਜਿਨ੍ਹਾਂ ਦੇ ਵਿਆਹ ਤੇ ਔਰਤਾਂ ਗੱਲਾਂ ਕਰਨ ਲੱਗ ਪਈਆਂ, ਨਹੀਂ ਲਾੜਾ ਨਹੀਂ ਆਇਆ, ਨਿਕਾਹ ਪੜਾਉਣ ਵਾਲੇ ਲਈ ਸਿਹਰਾ ਬੰਨਦੇ? ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਵੇਖ ਕੇ ਖੋਤੇ ਹੱਸਣ ਲੱਗ ਪੈਂਦੇ ਨੇ, ਉਹ ਸਾਡੇ ਵਰਗਾ ਬੰਦਾ ਜਾਣਦੇ ਆ? ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਵੇਖ ਕੇ ਕੁੱਤਾ ਭੌਂਕੇ ਤੇ ਨਾਲ ਵਾਲਾ ਕੁੱਤਾ ਕਹਿੰਦਾ ਨਾ ਭੌਂਕੇ, ਇਹ ਕਿਸੇ ਵੇਲੇ ਕੰਮ ਹੀ ਆ ਜਾਂਦਾ ਹੁੰਦਾ ਹੈ? ਇਹ ਕੌਣ ਸਾਹਿਬ ਨੇ ਜਿਹੜੇ ਕੁੱਤੇ ਨੂੰ ਵੇਖ ਕੇ ਕਹਿੰਦੇ ਨੇ ਇਸ ਤੋਂ ਪਹਿਲੇ ਕਿ ਇਹ ਮੈਨੂੰ ਪਵੇ ਮੈਂ ਨਾ ਨੂੰ ਪੈ ਜਾਵਾਂ? ਇਹ ਕੌਣ ਸਾਹਿਬ ਨੇ ਜਿਹੜੇ ਚਿੜੀਆ ਘਰ ਵੇਖਣ ਜਾਣ ਤੇ ਰੇਛ ਨੂੰ ਕਹਿੰਦੇ ਨੇ ਅੱਬਾ ਜੀ ਫਿਕਰ ਨਾ ਕਰਨਾ, ਅਗਲੀ ਤਰੀਕ ਤੇ ਫੈਸਲਾ ਹੋ ਜਾਏਗਾ? ਬਾਂਦਰ ਕੋਲ ਖਲੋ ਕੇ ਕਹਿ
ਵਾਲੀ ਉਹਨੂੰ ਉਹਦੀ ਤੇ ਜ਼ਮਾਨਤ ਹੋ ਗਈ, ਤੁਸੀਂ ਫਾਹੇ ਲੱਗ ਗਏ। ਇਹ ਕੌਣ ਸਾਹਿਬ ਨੇ ਜਿਨ੍ਹਾਂ ਦਾ ਆਪਣਾ ਪੁੱਤਰ ਗੱਲ ਨਾ ਮੰਨੇ ਤੇ ਉਹਨੂੰ ਕਹਿੰਦੇ ਨੇ ਬਾਜ਼ ਆ ਜਾ, ਨਹੀਂ ਤੇ ਮੈਂ ਅਗਵਾਹ ਕਰ ਲਾਂਗਾ ਜੀ। ਇਹ ਕੌਣ ਸਾਹਿਬ ਨੇ ਜਿਹੜੇ ਮਠਿਆਈ ਲਾ ਕੇ ਕਹਿੰਦੇ ਨੇ ਨਾਲ ਚਟਨੀ ਨਹੀਂ ਦੇਣੀ। ਇਹ ਕੌਣ ਸਾਹਿਬ ਨੇ ਜਿਹੜੇ ਦੁੱਧ ਲੈਣ ਜਾਣ ਤੇ ਮੱਝ ਨੂੰ ਕਹਿੰਦੇ ਨੇ ਉੱਤੇ ਚੁੰਨੀ ਲਿਆ ਕਰ, ਬੱਚਿਆਂ ਤੇ ਬੁਰਾ ਅਸਰ ਪੈਂਦਾ। ਇਹ ਕੌਣ ਸਾਹਿਬ ਨੇ ਜਿਹੜੇ ਸੰਡੇ ਨੂੰ ਕਹਿ ਰਹੇ ਹੁੰਦੇ ਨੇ ਅੰਕਲ ਦੇਖ ਰਹੇ ਹੋ ਆਂਟੀ ਦੀਆਂ ਹਰਕਤਾਂ। ਇਹ ਕੌਣ ਸਾਹਿਬ ਨੇ ਜਿਹੜੇ ਲੇਲੇ ਨੂੰ ਕਹਿੰਦੇ ਨੇ ਭਾਈ ਜੀ ਤੁਹਾਡੇ ਬੱਚੇ ਗੁੱਸਾ ਨਾ ਕਰਨ ਤੇ ਮੇਰੇ ਬੱਚੇ ਵੀ ਤੁਹਾਨੂੰ ਅੱਬੂ ਕਹਿ ਲੈਣ ਕਰਨ। ਇਹ ਕੌਣ ਸਾਹਿਬ ਨੇ ਜਿਹੜੇ ਟਾਂਗੇ ਤੇ ਬਹਿਣ ਲੱਗਣ ਕੋਚਵਾਨ ਕਹਿੰਦਾ ਭਾਜੀ ਬਹਿ ਜਾਓ ਘੋੜੇ ਨੂੰ ਪਤਾ ਨਾ ਲੱਗੇ। ਇਹ ਕੌਣ ਸਾਹਿਬ ਨੇ ਜਿਹੜੇ ਚਿੰਚੀ ਚ ਪਿੱਛੇ ਬਹਿਣ ਤੇ ਉੱਤੋਂ ਔਰਤਾਂ ਮਾਰਨ ਲੱਗ ਪੈਂਦੀਆਂ ਵੀ ਅੱਗੋਂ ਚੁੱਕਿਆ ਜਿਆ ਲਈ। ਇਹ ਕੌਣ ਸਾਹਿਬ ਨੇ ਭੰਗੂੜੇ ਚ ਕੋਈ ਔਰਤ ਚੀਕ ਮਾਰੇ ਕਹਿੰਦੇ ਨੇ ਰਿਸ਼ਤੇਦਾਰ ਹੈ ਆਪਣੀ। ਚਲੋ ਫਿਕਰ। ਇਹ ਕੌਣ ਸਾਹਿਬ ਨੇ ਜਿਹੜੇ ਜੁੱਤੀ ਲੈਣ ਜਾਣ ਤੇ ਉਹ ਕਹਿੰਦਾ ਭਾਈ ਜੀ ਤਿੰਨਾਂ ਪੈਰਾਂ ਵਾਲੀ ਲਵੋ ਇੱਕ ਸਿਰ ਤੇ ਨੀਚੇ ਪਾਣੀ। ਇਹ ਕੌਣ ਸਾਹਿਬ ਨੇ ਜਿਹੜੇ ਕੈਂਚੀ ਚੱਪਲ ਖਰੀਦਣ ਜਾਣ ਤੇ ਕਹਿੰਦੇ ਨੇ ਇਹਦੇ ਤਸਮੇ ਕਿੱਥੇ। ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਦੁਕਾਨਦਾਰ ਤਸਮੇ ਵਾਲਾ ਬੂਟ ਪਾਇਆ ਤੇ ਉਹ ਕਹਿੰਦੇ ਨੇ ਸਾਦਾ ਹੀ ਵਹਾਓ ਮੈਂ ਇੱਕ ਬਗੈਰ ਤਸਮਿਆਂ ਤੋਂ ਪਾਇਆ। ਇਹ ਕੌਣ ਸਾਹਿਬ ਨੇ ਜਿਹੜੇ ਈਦ ਨੂੰ ਕਹਿਣ ਦੇ ਹੁੰਦੇ ਨੇ ਲੋਕਾਂ ਨੇ ਨਵੇਂ ਨਵੇਂ ਕੱਪੜੇ ਪਾਣੇ ਖੈਰ। ਇਹ ਕੌਣ ਸਾਹਿਬ ਨੇ ਜਿਹੜੇ ਈਦ ਤੇ ਬਾਹਰ ਹੋਜਰੀਆਂ ਵੇਖ ਕੇ ਕਹਿੰਦੇ ਨੇ ਦੱਸੋ ਯਾਰ ਕੰਮ ਵਾਲੀ ਸ਼ਾਇਦ ਲੋਕੀ ਸੋਟੀ ਦੇਂਦੇ। ਇਹ ਕੌਣ ਸਾਹਿਬ ਨੇ ਜਿਹੜੇ ਬਕਵਾਸ ਕਰਨ ਦਾ। ਇਹ ਕੌਣ ਸਾਹਿਬ ਨੇ ਜਿਨ੍ਹਾਂ ਨੇ ਮੈਨੂੰ ਬਕਵਾਸ ਤੋਂ ਮਜਬੂਰ ਕੀਤਾ ਹੈ। ਇਹ ਕੌਣ ਸਾਹਿਬ ਨੇ ਜਿਹਨਾਂ ਨੂੰ ਟੀਕਾ ਲਾਉ ਦੇ ਕਹਿੰਦੇ ਨੇ ਮੇਰਾ ਢਿੱਡ ਭਰ ਗਿਆ। ਤਿਆਰੀ ਕੀ ਕਰੀ ਸਿਹਰਾ ਬੰਦ ਪਰ ਨਹੀਂ ਐਡਾ ਸਿਹਰਾ ਵੀ ਲੱਭਣਾ ਤੂੰ ਮੂੰਹ ਤੇ ਸ਼ਟਰ ਲਵਾ ਲੈ।
ਐਂ ਜੀ ਥੱਲੇ ਸੁੱਟ ਕੇ ਕੰਨਾਂ ਨੂੰ ਤਾਲੇ ਲਾ ਕੇ ਵਿਆਹਣ ਚਲ ਜਾਵਾਂਗੇ। ਕੀ ਬਾਤ ਹੈ, ਉੱਥੇ ਜਾ ਕੇ ਕਹਾਂਗੇ ਆਰਾਮ ਨਾਲ ਬੈਠੋ, 9 ਵਜੇ ਲਾੜਾ ਖੋਲ ਕੇ ਵਿਖਾਵਾਂਗੇ। ਮੈਨੂੰ ਜਿਸ ਤਰ੍ਹਾਂ ਮਰਜ਼ੀ ਤਿਆਰ ਕਰ ਲੈ, ਮੇਰਾ ਵਿਆਹ ਕਰਾ ਦੇ। ਬਾਅਦ ਵਿੱਚ ਲੱਡੂਆਂ ਦਾ ਆਰਡਰ ਦੇ ਦੇ ਬਾਬੂ। ਲੱਡੂਆਂ ਦਾ ਆਰਡਰ ਤੇ ਮੈਂ ਕਈ ਵਾਰੀ ਦੇਖ ਕੇ ਕੈਨਸਲ ਕਰਾਇਆ ਯਾਰ। ਉਹ ਕਿਉਂ? ਰੱਬ ਨੇ ਮੈਨੂੰ ਧੀਆਂ ਹੀ ਦਿੱਤੀਆਂ ਨੇ, ਪੁੱਤਰ ਦਿੱਤਾ ਹੀ ਕੋਈ ਨਹੀਂ।